ਹੱਥ ਦੇ ਵਿੱਚ ਢਾਲ ਲਵੇ, ਸੱਜੇ ਹੱਥ ਦੇ ਵਿੱਚ ਸ੍ਰੀ ਸਾਹਿਬ ਧੂ ਲਈ ਹੈ। ਇੱਥੋਂ ਤੱਕ ਆਪਾਂ ਕੱਲ੍ਹ ਦੀ ਦੀਵਾਨ ਵਿੱਚ ਸਰਵਣ ਕਰ ਚੁੱਕੇ ਸੀ। ਇਨ ਯੈਸਟਰਡੇਜ਼ ਦੀਵਾਨ ਵੀ ਕੁਡ ਸੀ ਔਨ ਵਨ ਸਾਈਡ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਟੈਂਡਿੰਗ ਦੈਰ, ਔਨ ਦੀ ਅਦਰ ਸਾਈਡ ਕਾਬਲੀ ਬੇਗ ਸਟੈਂਡਿੰਗ ਦੈਰ। ਆਓ ਗੁਰੂ ਖਪਿਆਰਿਓ, ਜਿਵੇਂ ਉਹਨਾਂ ਦਾ ਜੰਗ ਆਪਸ ਵਿੱਚ ਹੁੰਦਾ ਆ, ਇੱਕ ਪਾਸੇ ਮੀਰੀ ਪੀਰੀ ਦੇ ਮਾਲਕ, ਦੂਸਰੇ ਪਾਸੇ ਕਾਬਲੀ ਬੇਗ, ਇਹਨਾਂ ਮੁਗਲਾਂ ਦੇ ਵਿੱਚੋਂ ਸਭ ਤੋਂ ਵੱਡਾ ਸੂਰਮਾ ਜਨਰਲ, ਆਪਸ ਵਿੱਚ ਜਿਵੇਂ ਉਹਨਾਂ ਦੀ ਜੰਗ ਹੁੰਦੀ ਆ, ਉਹ ਪਿਆਰ ਸਤਿਕਾਰ ਦੇ ਨਾਲ ਅੱਜ ਆਪਾਂ ਸਰਵਣ ਕਰ ਰਹੇ ਹਾਂ। ਸਾਰੀ ਸੰਗਤ ਪਿਆਰ ਸਤਿਕਾਰ ਸ਼ਰਧਾ ਦੇ ਨਾਲ ਰਸਨਾ ਨੂੰ ਕਰੋ ਪਵਿੱਤਰ ਤੇ ਆਖਣਾ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ, ਸਤ ਕਾਬਲੀ ਬੇਗ ਵਿਲ ਵਿਨ।
On the other side, Bhai Jodh Rai Ji, Baba Biri Chand Ji, they are watching Guru Hargobind Sahib Ji Maharaj. ਗਜਮਤ ਹੈ ਕਿ ਹਰ ਸੋ ਪਿਰਦਾ ਇਹ ਪਿੜੇਗਾ ਜਿਵੇਂ ਇੱਕ ਮਸਤ ਹਾਥੀ ਦੇ ਨਾਲ ਸ਼ੇਰ ਦਾ ਮੁਕਾਬਲਾ ਆ ਇਸੇ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਇਸ ਕਾਬਲੀ ਵੇਗ ਮੁਕਾਬਲਾ ਕਰ ਰਿਹਾ ਏ ਖਗਰਾਜ ਕਹਾਂ ਝਟਕਾ ਸੁਕਹਾਂ ਗਰੜ ਜਿਹੜਾ ਉਹਦੇ ਸਾਹਮਣੇ ਚਿੜੀ ਕਿਵੇਂ ਖੜ ਸਕਦੀ ਹੈ ਜਿਹੜਾ ਗਰੜ ਹੈ ਨਾ ਉਹ ਮਾਰ ਕੇ ਰੱਖ ਦਿੰਦਾ ਚਿੜੀਆਂ ਨੂੰ ਸਮਤਾ ਚਾਹੀ ਗਰਬਾਤ ਮਹਾ ਇਹ ਕਿਵੇਂ ਮਹਾਰਾਜ ਜੀ ਦੇ ਸਾਹਮਣੇ ਸਮਤਾ ਕਰ ਲੈਗਾ ਬਰਾਬਰੀ ਨਹੀਂ ਕੋਈ ਕਰ ਸਕਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਣ ਦੁੰਦ ਬਿਲੋਕ ਨਹੀਂ ਦਿਖਰੇ ਉਸ ਵੇਲੇ ਗੁਰਮੁਖ ਪਿਆਰਿਓ ਇਹ ਜੁੱਧ ਨੂੰ ਵੇਖਦੇ ਪਏ ਨੇ ਸਾਰੇ ਚਾਹੇ ਮੂਡ ਗੁਰੂ ਹੱਥ ਬੇ ਕੇ ਇਹ ਜਿਹੜਾ ਮੂਰਖ ਹੈ ਸੋਚਦਾ ਕਿ ਮੈਂ ਗੁਰੂ ਸਾਹਿਬ ਜੀ ਨੂੰ ਮਾਰ ਦਿਆਂਗਾ ਕਹਿ ਢਾਲ ਕਿਰਪਾਨ ਫਿਰਿਓ ਗਰਬੇ ਉਸ ਵੇਲੇ ਆਪਣੇ ਹੱਥ ਦੇ ਵਿੱਚ ਬੜੇ ਹੰਕਾਰ ਦੇ ਨਾਲ ਇੱਕ ਢਾਲ ਫੜ ਕੇ ਕਿਰਪਾਨ ਲੈ ਕੇ ਘੁੰਮਦਾ ਪਿਆ ਏ ਕਾਬਲੀ ਵੇਗ He thinks he will be able to kill Guru Sahib Ji. ਦਿਖਰਾਵਤ ਚਤੁਰਤਾ ਸਰਬੇ ਆਪਣੀ ਚੰਚਲਤਾ ਵਿਖਾਉਂਦਾ ਹੈ ਕਦੇ ਇੱਧਰ ਨੂੰ ਪੈਂਕੜੇ ਕੱਢਦਾ ਹੈ ਕਦੇ ਉੱਧਰ ਨੂੰ ਪੈਂਕੜੇ ਮਾਰਦਾ ਏ ਕਰ ਸ਼ੀਕਰ ਸੋ ਫਾਂਦ ਤਿਓ ਜਿਤਰੇ ਬੜੀ ਤੇਜ਼ੀ ਦੇ ਨਾਲ ਕਦੇ ਇੱਧਰ ਛਾਲਾ ਮਾਰਦਾ ਹੈ ਕਦੇ ਉੱਧਰ ਛਾਲਾ ਮਾਰਦਾ ਕਾਬਲੀ ਵੇਗ ਮਹਾਰਾਜ ਜੀ ਦੇ ਆਲੇ ਦੁਆਲੇ He is moving around Guru Hargobind Sahib Ji Maharaj. ਇਤ ਉਤ ਫਿਰਿਓ ਹੋਇਆ ਗਰ ਖਰੇ ਕਦੇ ਇੱਧਰ ਹੋ ਜਾਂਦਾ ਹੈ ਕਦੇ ਇੱਧਰ ਹੋ ਜਾਂਦਾ ਹੈ ਕਦੇ ਮਹਾਰਾਜ ਜੀ ਦੇ ਅੱਗੇ ਖੜ ਜਾਂਦਾ ਹੈ Sometimes he goes left, sometimes he goes right, sometimes he stands in front of Maharaj. ਤੇ ਸ੍ਰੀ ਗੁਰ ਚੰਚਲਤਾ ਕਰ ਕੇ ਇਸੇ ਤਰ੍ਹਾਂ ਸੱਜੇ ਪਾਤਸ਼ਾਹ ਜੀ ਮਹਾਰਾਜ ਬੜੀ ਤੇਜ਼ੀ ਦੇ ਨਾਲ ਪੈਂਤੜੇ ਕੱਢਦੇ ਨੇ ਕਰ ਦਾਵ ਫਿਰੈ ਅਸ ਕੋ ਤਰ ਕੇ ਸੱਜੇ ਪਾਤਸ਼ਾਹ ਜੀ ਮਹਾਰਾਜ ਵੇਖ ਰਹੇ ਨੇ ਵੀ ਕੋਈ ਦਾਵ ਘਾਵ ਲੱਗ ਸਕੇ ਇੱਕ ਦੂਜੇ ਵੱਲ ਵੇਖਦੇ ਆ looking for an opportunity to attack the other ਇੱਕ ਦੂਜੇ ਉੱਤੇ ਹੱਲਾ ਪਾਉਣ ਲਈ ਦਾਵ ਘਾਵ ਵੇਖਦੇ ਨੇ ਕਬ ਸਮੁਖ ਹੋਏ ਤਕਾਵਤ ਹੈ ਕਦੇ ਕਦੇ ਇੱਕ ਦੂਜੇ ਦੇ ਸਾਹਮਣੇ ਹੋ ਕੇ ਖੜੇ ਹੋ ਜਾਂਦੇ ਨੇ ਚਹ ਮਾਰਨ ਆਪ ਬਚਾਵਤ ਇਹ ਚਾਹੁੰਦੇ ਆ ਕਿ ਦੂਜੇ ਨੂੰ ਮਾਰ ਦਈਏ ਆਪਣੇ ਆਪ ਨੂੰ ਬਚਾ ਲਈਏ ਸਮ ਦੋਨੋਂ ਦਾਵ ਵਿਚਾਰਤ ਹੈ ਦੋਵੇਂ ਜਿਹੜੇ ਗੁਰਮੁਖ ਪਿਆਰੇ ਇੱਕ ਦੂਜੇ ਵਾਂਗ ਹੀ ਵਾਰ ਕਰਦੇ ਪਏ ਨੇ ਦੋਵੇਂ ਬਹੁਤ ਮਹਾਨ ਸੂਰਮੇ ਨੇ ਉਸ਼ਨਤ ਮਹਾ ਭਗਤਾਰਤ ਹੈ ਬਹੁਤ ਜ਼ਿਆਦਾ ਇਸ਼ਾਰਾ ਮਾਰਦੇ ਨੇ ਕਦੇ ਇੱਧਰ ਪੈਂਚੜੇ ਕਰਦੇ ਆ ਕਦੇ ਉੱਧਰ ਪੈਂਚੜੇ ਮਾਰਦੇ ਆ ਇੱਕ ਪਾਸੇ ਕਾਬਲੀ ਵੇਗ ਬਹੁਤ ਜੋਧਾ ਹੈ ਦੂਸਰੇ ਪਾਸੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗੁਰ ਵਾਕ ਕਹਿਓ ਗੁਰ ਵਾਰ ਪੁਰਾ ਮਹਾਰਾਜ ਜੀ ਨੇ ਆਖਿਆ ਪਹਿਲਾ ਵਾਰ ਤੂੰ ਕਰ ਲੈ ਕਾਬਲੀ ਵੇਗਾ ਨਥ ਹੋਇ ਪਛਤਾਵਨ ਨਾਹੀ ਮਹਾਰਾਜ ਕਹਿੰਦੇ ਕਿਤੇ ਪਛਤਾਵੇ ਵਿੱਚ ਨਾ ਰਹਿ ਜੇ ਕਿ ਮੈਂ ਪਹਿਲਾ ਵਾਰ ਨਹੀਂ ਕੀਤਾ ਮਹਾਰਾਜ ਜੀ ਆਫ ਇਸ ਕਾਬਲ ਵੇਗ ਟੂ ਡੂ ਦ ਫਰਸਟ ਵਾਰ ਟੂ ਟੇਕ ਦ ਫਰਸਟ ਅਟੈਕ ਹਾਂਜੀ ਮਮ ਵਾਰ ਚਲੇ ਨਾ ਬਚ ਹੈ ਕੋ ਮਹਾਰਾਜ ਕਹਿੰਦੇ ਸਾਡਾ ਵਾਰ ਚੱਲੇਗਾ ਨਾ ਤੂੰ ਚੱਲਿਆ ਨਹੀਂ ਇਸ ਵਾਰ ਨੂੰ ਕਦੇ ਵੇਖਿਆ ਨਹੀਂ ਜਦੋਂ ਸਾਡਾ ਇੱਕ ਵਾਰ ਚੱਲੇਗਾ ਤੈਨੂੰ ਅਸੀਂ ਮਾਰ ਕੇ ਰੱਖ ਦਿਆਂਗੇ ਰਾਜ ਸ਼੍ਰਵਣ ਤੇ ਦੀਰਘ ਰਾਜ ਮਹਾਰਾਜ ਕਹਿੰਦੇ ਆ ਸਾਰੀ ਮਿੱਟੀ ਲਾਲ ਹੋ ਜਾਣੀ ਹੈ ਤੇਰੇ ਖੂਨ ਦੇ ਨਾਲ ਜਦੋਂ ਅਸੀਂ ਵਾਰ ਕਰਨਾ ਮਹਾਰਾਜ ਸੇਜ਼ ਯੂ ਕੈਨ ਟੇਕ ਦ ਫਰਸਟ ਅਟੈਕ ਵਨ ਆਈ ਅਟੈਕ ਯੂ ਆਲ ਆਫ ਦ ਗਰਾਊਂਡ ਵਿਲ ਗੋ ਰੈਡ ਵਿਦ ਯੋਰ ਬਲੱਡ ਹਾਂਜੀ ਤਬ ਕਾਬਲ ਬੇਗ ਸਿਤਾਬ ਕਰੇ ਉਸ ਵੇਲੇ ਕਾਬਲੀ ਬੇਗ ਨੇ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਾਰ ਕੀਤਾ ਏ ਇਤ ਉਤ ਫਾਂਦ ਤਵਾਰ ਕਰੇ ਇਧਰ ਉਧਰ ਪੈਂਤੜੇ ਕੱਢਦੇ ਹੋਏ ਮਹਾਰਾਜ ਜੀ ਤੇ ਵਾਰ ਕਰਦਾ ਹੈ ਗੁਰ ਸ਼ਾਰ ਕਰੀ ਸੋ ਬਚਾਏ ਗਏ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਪਾਸੇ ਨੂੰ ਛਾਲ ਮਾਰੀ ਆਪਣੇ ਸਰੀਰ ਨੂੰ ਬਚਾ ਲਿਆ ਏ ਕਾਬਲ ਵੇਗ ਟੇਕਸ ਵਨ ਗੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮਹਾਰਾਜ ਜਸਟ ਵਨ ਸਾਈਡ ਐਂਡ ਅਵੋਇਡਸ ਦਾ ਵਾਰ ਹਾਂਜੀ ਜਬ ਸ਼ੂਸ਼ ਕਰਿਓ ਤਰਪ ਕੋ ਜਦੋਂ ਇਹ ਖਾਲੀ ਵਾਰ ਚਲੇ ਗਿਆ ਤੇ ਬੜੇ ਕ੍ਰੋਧ ਵਿੱਚ ਆ ਗਿਆ ਹੈ ਕਾਬਲੀ ਵੇਗ ਕਰ ਨੀਰ ਬਹੋਰ ਪ੍ਰਹਾਰ ਕਰੇ ਜਿਹੜੇ ਹੋ ਕੇ ਮੇਰੇ ਨੇ ਦੂਜਾ ਵਾਰ ਕਰਨਾ ਚਾਹਿਆ ਹੈ ਨਟ ਕੇ ਸਮ ਫਾਂਦਤ ਵੇਗ ਧਰੇ ਇਹ ਜਿਵੇਂ ਇੱਕ ਬਾਜੀਗਰ ਛਾਲਾ ਮਾਰਦਾ ਇਸ ਤਰ੍ਹਾਂ ਮਾਰਦਾ ਜਾਂਦਾ ਆ He takes one go at Guru Sahib, Guru Sahib moves to one side, then he tries to attack Guru Ji again, Hanji. Unne dhaal se upar rok laya. Sache Patshah Ji ne apne dhaal de utte vaar rok laya, Sat Sangat Ji. Gure apan vaar prahar kaya. Maharaj Sache Patshah Ji ne is tarah dhaal de naal oh vaar rok laya, phir Sache Patshah Ji apna vaar karde ne. Tarn amrit bhutal saath shoya. Usne ki kita vaar pichhi nu ho gaya. ਉਹ ਇਸ ਤਰ੍ਹਾਂ ਝੁੱਕ ਗਿਆ ਜਿਵੇਂ ਕੋਈ ਮੱਥਾ ਟੇਕਦਾ ਹੈ ਨਾ ਐਨ ਥੱਲੇ ਨੂੰ ਹੋ ਗਿਆ ਮਹਾਰਾਜ ਜੀ ਦਾ ਵਾਰ ਉਹਦੇ ਉੱਤੋਂ ਦੀ ਲੰਘ ਗਿਆ ਹੈ ਮਹਾਰਾਜ ਜੀ ਟੇਕਸ ਵਨ ਗੋ ਕਾਬਲੀ ਵੇਗ ਬੈਲਸ ਡਾਊਨ ਟੂ ਦ ਗਰਾਊਂਡ ਐਂਡ ਵਾਟ ਹੀ ਡਸ ਇਜ਼ ਹੀ ਅਵੋਇਡਸ ਗੁਰੂ ਸਾਹਿਬ ਜੀ ਦਾ ਵਾਰ ਹਾਂਜੀ ਲਗਦਾ ਕਰਦਾ ਵ ਬਚਾਏ ਗਏ ਇਸ ਤਰ੍ਹਾਂ ਥੱਲੇ ਆਪਣੀ ਸਰੀਰ ਨੂੰ ਨੀਵਿਆਂ ਕਰਕੇ ਉਹ ਬਚ ਗਿਆ ਕਾਬਲ ਵੇਗ ਕਰ ਵਾਰ ਭਾਰਤ ਵਾਰ ਕਰਿਓ ਉਸ ਵੇਲੇ ਗੁਰੂ ਪਿਆਰਿਓ ਸੱਚੇ ਪਾਤਸ਼ਾਹ
ਵਾਰ ਇਹ ਕਰ ਰਿਹਾ ਹੈ, ਇਹਨੇ ਉੱਤੋਂ ਦੀ ਵਾਰ ਕੀਤਾ, ਕਾਬਲ ਵੇਗ ਇਸ ਗੋਇੰਗ ਡਾਊਨ, ਹੁਣ ਉੱਤੇ ਨੂੰ ਕਾਬਲੀ ਵੇਗ ਨੇ ਇੱਕ ਵਾਰ ਕੀਤਾ ਮਹਾਰਾਜ ਜੀ ਦੇ ਵੱਲ, ਤੇਰੇ ਸ਼ੀਸ ਉੱਤੇ ਸ਼ੀ ਹੱਥ ਮਾਨ ਭਰੇ, ਬਹੁਤ ਜ਼ਿਆਦਾ ਟੇਢਾ ਜਿਹਾ ਵਾਰ ਕਰਕੇ ਨਾ ਤਿੱਖੀ ਕਿਰਪਾਨ ਲੈ ਕੇ ਮਹਾਰਾਜ ਦੇ ਉੱਤੇ ਵਾਰ ਕਰਦਾ ਹੈ। ਕਾਬਲ ਵੇਗ ਇਸ ਨਾਊ ਲਾਈਕ ਦਿਸ, ਹੀ ਟੇਕਸ ਹਿਸ ਸੋਰ ਐਂਡ ਹੀ ਡਜ਼ ਅ ਵਾਰ ਅਪਵਰਡਸ ਟੁਵਰਡਸ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਉਹ ਸ਼ੀਕਰ ਕਰੇ ਸੋ ਬਚਾਏ ਰਹੇ, ਬੜੀ ਸ਼ੀਕਰਤਾ ਕੀਤੀ ਆ ਸੱਚੇ ਪਾਤਸ਼ਾਹ ਮਹਾਰਾਜ ਨੇ, ਇਹ ਵਾਰ ਬਚਾ ਲਿਆ। ਪਿਪਲਾ ਖਗ ਅਗਰ ਸਰੀਰ ਸੋ ਸ੍ਰੀ ਸਾਹਿਬ ਦਾ ਸਾਹਮਣਾ ਜਿਹੜਾ ਪਿਪਲਾ ਸੀ ਨਾ, ਪਿਪਲਾ ਕਹਿੰਦੇ ਨੋਕ ਨੂੰ, ਜਦੋਂ ਇਸ ਤਰ੍ਹਾਂ ਵਾਰ ਕੀਤਾ ਬਾਕੀ ਸ੍ਰੀ ਸਾਹਿਬ ਦਾ ਵਾਰ ਨਹੀਂ ਲੱਗਿਆ, ਨੋਕ ਜਿਹੜੀ ਆ ਮਹਾਰਾਜ ਦੇ ਸਰੀਰ ਵਿੱਚ ਚੁੱਭ ਗਈ ਹੈ। ਜਸਟ ਟਿਪ ਆਫ ਦ ਸੋਰਡ ਆਫ ਕਾਬਲੀ ਵੇਗ ਐਂਟਰਸ ਮਹਾਰਾਜ ਜੀ ਬੋਡੀ। ਹਾਂਜੀ, ਛੁੱਟ ਸ਼ਰੋਣ ਬਹਿਓ ਗੁਰ ਚੀਰ ਪਿਗੇ, ਉਸ ਵੇਲੇ ਮਹਾਰਾਜ ਜੀ ਦੇ ਕੱਪੜਿਆਂ ਦੇ ਵਿੱਚੋਂ, ਮਹਾਰਾਜ ਜੀ ਦੇ ਚੋਲੇ ਦੇ ਵਿੱਚੋਂ ਦੀ ਖੂਨ ਜਿਹੜਾ ਉਹ ਵਹਿ ਤੁਰਿਆ ਹੈ। ਵਿਖ ਕਾਬ ਲਗੇ ਔਰ ਕੋਪ ਜੇ, ਸੱਚੇ ਪਾਤਸ਼ਾਹ ਜੀ ਨੇ ਜਦੋਂ ਵਾਰ ਦੇਖਿਆ ਉਸੇ ਵੇਲੇ ਕਰੀਮ ਨਿਵਾਸ ਜੀ ਬੀਰ ਰਸ ਵਿੱਚ ਆ ਗਏ ਨੇ। ਬਬਕਾਰ ਭਰੇ ਸਮਸ਼ੇਰ ਤਦਾਂ, ਸ਼ੇਰ ਵਾਂਗੂ ਬਬਕਾਰਾ ਮਾਰਿਆ, ਸਤਿ ਸ੍ਰੀ ਅਕਾਲ ਦਾ ਜਕਾਰਾ ਛੱਡਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ, ਜਗਾ ਬਾਣ ਲੱਗਿਓ ਤਵੈ ਰੋਸ ਜਾਗਿਓ, ਕਰਨ ਲੈ ਕਮਾਣੰ ਹਣੰ ਬਾਣ ਤਾਨੰ। ਜਿਸ ਤਰ੍ਹਾਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਰਾਜੇ ਹਰੀ ਚੰਦ ਦਾ ਵਾਰ ਹੋਇਆ ਸੀ ਨਾ, ਇਸੇ ਤਰ੍ਹਾਂ ਕਿਰਪਾਨ ਦੀ ਨੋਕ ਜਦੋਂ ਅੰਦਰ ਚੁੱਭੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੀਰ ਰਸ ਵਿੱਚ ਆ ਗਏ, ਅੱਖਾਂ ਲਾਲ ਹੋ ਗਈਆਂ। ਗਰੀਬ ਰਾਜ ਸੱਚੇ ਪਾਤਸ਼ਾਹ ਜੀ ਨੇ ਜਕਾਰਾ ਛੱਡਿਆ, ਜਕਾਰਾ ਛੱਡਦੇ ਹੋਇਆ ਇਹਦੇ ਉੱਤੇ ਵਾਰ ਕਰਦੇ ਨੇ। ਚਮਕੈ ਸ਼ਮਸ਼ੀਰ ਬਿਲੋਕ, ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਮਸ਼ੀਰ ਚਮਕਦੀ ਪਈ ਆ, ਸਾਰੇ ਸਿੱਖ ਦੇ ਮੁਗਲ ਦੇਖਦੇ ਪਏ ਨੇ, ਮਹਾਰਾਜ ਠੀਕ ਸੇ ਸੋਰ ਨਾ ਅੰਦੇ ਟ੍ਰਾਈਂਗ ਟੂ ਡੂ ਅ ਵਾਰ ਟੂਵਰਡਸ ਕਾਬਲੀ ਬੇਗ। ਕਰ ਢਾਲ ਸੋ ਅਗਰ ਦਬਾਏ ਲਿਓ, ਉਸ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣਾ ਢਾਲਾ ਲਿਆ, ਢਾਲ ਦੇ ਨਾਲ ਇਹਨੂੰ ਐਨ ਇੱਕ ਦਬ ਕੇ ਧੱਕਾ ਮਾਰਿਆ ਸੱਚੇ ਪਾਤਸ਼ਾਹ ਜੀ ਨੇ। ਮਹਾਰਾਜ ਟੇਕਸ ਦੇ ਸ਼ੀਲਡ ਐਂਡ ਹਿਰੇ ਅਗੇਂਸਟ ਦ ਚੈਸਟ ਆਫ ਕਾਬਲੀ ਬੇਗ। ਹਰ ਸ਼ੀਕ੍ਰਿਤ ਉਪਜ ਦੂਰ ਪਏ, ਇਹਨੇ ਕੀ ਕੀਤਾ, ਦੂਰ ਭੱਜਦਾ ਗਿਆ ਮਹਾਰਾਜ ਤੋਂ ਬੜੀ ਤੇਜ਼ੀ ਦੇ ਨਾਲ। ਇਹ ਬੇਗਲ ਲਾਦਿਕ ਸਾਧ ਕਹੇ, ਉਸ ਵੇਲੇ ਰਾਮ ਬੇਗ ਨੇ ਦੇ ਕੇ ਆਖਿਆ ਕਿ ਸ਼ਾਬਾਸ਼ ਸ਼ਾਬਾਸ਼, ਕਰ ਘਾਤ ਕੇ ਤੋਂ ਗੁਰ ਲੈ ਹੋ ਗਏ, ਸੱਚੇ ਪਾਤਸ਼ਾਹ ਮਹਾਰਾਜ ਨੂੰ ਜਾ ਤੂੰ ਮਾਰ ਦੇਣਾ ਹੈ ਜਾਂ ਤੂੰ ਫੜ ਕੇ ਲੈ ਆਉਂਗਾ। ਨਹ ਜਾਣਤ ਮੂਡ ਖਿਲਾਵਤ ਹੈ, ਇਸ ਮੂਰਖ ਨੂੰ ਇਹ ਨਹੀਂ ਪਤਾ ਗੁਰੂ ਹਰਗੋਬਿੰਦ ਸਾਹਿਬ ਕੀ ਮਹਾਰਾਜ ਦਾ ਇੱਕ ਖੇਡ ਖੇਡਦੇ ਪਏ ਨੇ। ਵਿਦ ਮਾਨਵ ਕੀ ਮਨ ਭਾਵਤ ਹੈ, ਇਹ ਪੱਤਿਆਂ ਨੂੰ ਸੱਚੇ ਪਾਤਸ਼ਾਹ ਜੀ ਆਪ ਖੜਾਉਂਦੇ ਪਏ ਨੇ। ਚਪਲੰਤ ਚਲਿਓ ਪੁਨ ਨੀਰ ਕਿਓ, ਉਸ ਵੇਲੇ ਸੱਚੇ ਪਾਤਸ਼ਾਹ ਜੀ ਮਹਾਰਾਜ ਬੜੀ ਤੇਜ਼ੀ ਨਾਲ ਜਾਂਦੇ ਨੇ, ਤੇ ਇਹ ਵੀ ਬੜੀ ਤੇਜ਼ੀ ਨਾਲ ਮਹਾਰਾਜ ਜੀ ਦੇ ਨੇੜੇ ਆ ਗਿਆ ਆ। ਮਹਾਰਾਜ ਹਿਟ ਸਿਮ ਬੈਕ ਵਿਦ ਦੇ ਸ਼ੀਲਡ, ਹੀ ਰਨਸ ਬਿਰ ਅਵੇ ਟੂ ਸੇਵ ਹਿਮਸੈਲਫ ਫਰਮ ਮਹਾਰਾਜਿਸ ਵਾਰ, ਦੈਨ ਹੀ ਕਮਸ ਰਨਿੰਗ ਬੈਕ ਟੂਵਰਡਸ ਗੁਰੂ ਸਾਹਿਬ ਜੀ। ਲਗਦਾ ਦਰਸਾਏ ਹਕਾਰ ਹੈ, ਉਸ ਵੇਲੇ ਬੜੇ ਹੰਕਾਰ ਦੇ ਵਿੱਚ ਆ ਰਿਹਾ ਕਿ ਮੈਂ ਮਹਾਰਾਜ ਦੇ ਉੱਤੇ ਵਾਰ ਕਰ ਲਿਆ, ਮਹਾਰਾਜ ਨੇ ਨਹੀਂ ਕੀਤਾ, ਆਪਣੀ ਚਲਾਕੀ ਉੱਤੇ ਇਹਨੂੰ ਮਾਣ ਹੈ। ਪ੍ਰਥਮਾ ਸਮਝਾਹਤ ਵਾਰ ਕਰੋ, ਇਹ ਸਮਝਦਾ ਆ ਕਿ ਮੈਂ ਪਹਿਲੇ ਵਾਰ ਵਾਂਗੂ ਇੱਕ ਹੋਰ ਵਾਰ ਕਰਾਂਗਾ, ਮਹਾਰਾਜ ਜੀ ਨੂੰ ਮਾਰ ਦਿਆਂਗਾ। ਧਰ ਦਾ ਕਰਕੇ ਧਰ ਪੈ ਸੂਤਰ, ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਿਰ ਮੈਂ ਉਤਾਰ ਦਿਆਂਗਾ, ਜਾਂ ਇਹਨਾਂ ਦੇ ਸਰੀਰ ਤੋਂ ਧੌਣ ਤੋਂ ਮੈਂ ਇੱਕ ਵਾਰ ਕਰਾਂਗਾ, ਇਹਨਾਂ ਨੂੰ ਮਾਰ ਦਿਆਂਗਾ। ਇਸ ਤਰ੍ਹਾਂ ਕਾਬਲੀ ਬੇਗ ਸੋਚਦਾ ਆ। ਕਾਬਲੀ ਬੇਗ ਕਮਸ ਰਨਿੰਗ ਟੂਵਰਡਸ ਮਹਾਰਾਜ, ਹੀ ਥਿੰਕਸ ਹੀ ਵਿਲ ਬੀ ਏਬਲ ਟੂ ਅਟੈਕ ਗੁਰੂ ਸਾਹਿਬ ਜੀ ਅਗੇਨ। ਹਾਂਜੀ, ਕਰ ਵਾਰ ਸੰਭਾਰ ਉਬਾਰ ਮਹਾਰਾਜ, ਉਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੀ ਤਲਵਾਰ ਨੂੰ ਸੰਭਾਲ ਲਿਆ, ਉੱਚੀ ਬਾਹ ਕਰ ਲਈ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਮਹਾਰਾਜ ਜੀ ਠੀਕ ਸਾਹਿਬ ਦੇ ਤੇ ਰਾਈਜ਼ ਦੇ ਹੈਂਡ ਇੰਟ ਦੀ ਹੈ। ਹਾਂਜੀ, ਤਕਵਾਰ ਪ੍ਰਹਾਰਨ ਬੇਗ ਲਹ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਸ ਵੇਲੇ ਉਹਦੇ ਵੱਲ ਦੇਖਿਆ, ਮਹਾਰਾਜ ਜੀ ਵਾਰ ਕਰਨਾ ਚਾਹੁੰਦੇ ਹੋ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ ਟ੍ਰਾਇੰਗ ਟੂ ਅਟੈਕ ਕਾਬਲੀ ਬੇਗ। ਗੁਰਾ ਕਰ ਭਏ ਬਿਨ ਤਰਾਸ ਤਬੈ, ਸੱਚੇ ਪਾਤਸ਼ਾਹ ਜੀ ਮਹਾਰਾਜ ਬਿਨਾਂ ਭੈ ਤੋਂ ਇਹਦੇ ਸਾਹਮਣੇ ਹੋ ਗਏ ਨੇ, ਬਿਲਕੁਲ ਆਮਣੇ ਸਾਹਮਣੇ ਦੀ ਲੜਾਈ ਚੱਲਦੀ ਪਈ ਹੈ। ਇਸ ਤੋਂ ਇਹਨ ਕੇ ਫਟ ਠਾਣ ਸਕਦਾ, ਦੋਹਾਂ ਪਾਸਿਆਂ ਤੋਂ ਇਹ ਜਿਹੜੇ ਮੁਗਲ ਤੇ ਸਿੱਖ ਵੇਖਦੇ ਪਏ ਨੇ ਇਸ ਲੜਾਈ ਨੂੰ, ਤੇ ਪਟਾਲ ਹਟਾਲ ਪਿਰਾਏ ਦੇ, ਉਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੀ ਢਾਲ ਜਿਹੜੀ ਆ ਦੇ ਢਾਲ ਨਾਲ ਮਾਰੀ ਹੈ, ਇੱਕ ਦੂਜੇ ਦੇ ਢਾਲਾਂ ਦੀ ਖੜਾਕ ਪਾਈ ਹੈ। ਇਹ ਕਾਬਲੀ ਬੇਗ ਨੇ ਵੀ ਆਪਣੀ ਕਿਰਪਾਨ ਤਾਂ ਕੀਤੀ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਵੀ ਆਪਣੇ ਹੱਥ ਵਿੱਚ ਤਲਵਾਰ ਲੈ ਲਈ ਹੈ, ਗਰੀਬ ਰਾਜ ਸੱਚੇ ਪਾਤਸ਼ਾਹ ਜੀ ਨੇ ਇਹਦੇ ਢਾਲ ਨਾਲ ਆਪਣੀ ਢਾਲ ਮਾਰੀ ਹੈ। ਮਹਾਰਾਜ ਟ੍ਰਿਕਸ ਦੇ ਸ਼ੀਲ ਨਹਿਰੇ ਅਗੇਂਸਟ ਕਾਬਲੀ ਬੇਗ ਸ਼ੀਲ। ਹਾਂਜੀ, ਕਰਿਓ ਜਿਉ ਸਾਰੇ ਤੇ ਸੀਗਰ ਨੇ, ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣਾ ਹੱਥ ਉਤਾਰ ਕੀਤਾ ਹੈ, ਉਧਰੋਂ ਕਾਬਲੀ ਬੇਗ ਨੇ ਕਿਰਪਾਨ ਫੜੀ ਹੈ, ਉਧਰੋਂ ਮਹਾਰਾਜ ਨੇ ਆਪਣੀ ਤਲਵਾਰ ਫੜੀ ਹੈ, ਇਸ ਤਰ੍ਹਾਂ ਹੱਥ ਉਤਾਰ ਕੀਤਾ ਮਹਾਰਾਜ ਨੇ ਵਾਰ ਕਰਨ ਵਾਸਤੇ।
ਹਾਂ ਜੀ ਬਲ ਸਾਥ ਕਿਰਪਾਨ ਮਹਾਨ ਬਲ ਸੱਚੇ ਪਾਤਸ਼ਾਹ ਮਹਾਰਾਜ ਨੇ ਬੜੇ ਜ਼ੋਰ ਦੇ ਨਾਲ ਇਸ ਵੇਲੇ ਕਿਰਪਾਨ ਦਾ ਵਾਰ ਕੀਤਾ ਹੈ ਲਗ ਤੁੰਗ ਸਿਕੰਦ ਹੈ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਵਾਰ ਜਿਹੜਾ ਇਹਦੇ ਮੋਢੇ ਵਿੱਚ ਜਾ ਕੇ ਵੱਜਦਾ ਇੱਕ ਦਮ ਉਹਦੇ ਮੋਢੇ ਨੂੰ ਚੀਰਦਾ ਜਾ ਰਿਹਾ ਹੈ ਅਟਕਿਓ ਨਾ ਕਹੂੰ ਚਲ ਪਾਰ ਕਿਤੇ ਅੜਿਆ ਨਹੀਂ ਹੈ ਇਹਦੇ ਸਾਰੇ ਸਰੀਰ ਦੇ ਵਿੱਚ ਦੀ ਲੰਘ ਹੈ ਜਿਵੇਂ ਇੱਕ ਲੋਹੇ ਦੀ ਤਾਰ ਸਾਬਣ ਵਿੱਚੋਂ ਲੰਘ ਜਾਂਦੀ ਹੈ ਇਸੇ ਤਰ੍ਹਾਂ ਗੁਰਮੁਖ ਪਿਆਰਿਓ ਇਹਦੇ ਸਰੀਰ ਦੇ ਵਿੱਚੋਂ ਤਲਵਾਰ ਲੰਘ ਗਈ ਹੈ ਦੋ ਪਾਸਿਆਂ ਦੇ ਵਿੱਚ ਇਹਦਾ ਸਰੀਰ ਕਰ ਦਿੱਤਾ ਮਹਾਰਾਜ ਜੀ ਦੇ ਵਾਰ ਨੇ ਸੱਚੇ ਪਾਤਸ਼ਾਹ ਜੀ ਠੇਕਸ ਦੇ ਵਾਰ ਗਰੀਬ ਨੂੰ ਆਜ ਸੱਚੇ ਪਾਤਸ਼ਾਹ ਜੀ ਹਿੱਟਸ ਦਾ ਸ਼ੀਲਡ ਅਗੇਂਸਟ ਹਿਸ ਦੀ ਠੇਕ ਦੇ ਸੋਰ ਸੱਚੇ ਪਾਤਸ਼ਾਹ ਜੀ ਇੱਕਦਮ ਵਾਰ ਕਰਦੇ ਆ ਦੇ ਪੁੱਲ ਦਾ ਸੋਰ ਡਾਊਨ ਇਟ ਗੋਸ ਆਲ ਦ ਵੇ ਥਰੂ ਹਿਸ ਸ਼ੋਲਡਰ ਦੂਸਰੇ ਪਾਸੇ ਦੀ ਆ ਕੇ ਨਿਕਲਦਾ ਹੈ ਮਹਾਰਾਜ ਨੇ ਇਹਦੇ ਦੋ ਟੋਟੇ ਕਰ ਦਿੱਤੇ ਹਿਸ ਬੋਡੀ ਫੋਲਸ ਇਨ ਟੂ ਪੀਸਿਸ ਟੂ ਦ ਗਰਾਊਂਡ ਜਿਹੜਾ ਐਡਾ ਵੱਡਾ ਸੂਰਮਾ ਸੀ ਮਹਾਰਾਜ ਨੇ ਉਹਨੂੰ ਦੋ ਫਾੜ ਕਰਕੇ ਰੱਖ ਦਿੱਤਾ ਹੈ ਪਾਟ ਜੋਤ ਸਵਾਦ ਨਿਹਾਰਤ ਭਾਈ ਜੋਤ ਰਾਏ ਨੇ ਬਾਬਾ ਬਿਧੀ ਚੰਦ ਜੀ ਵੇਖ ਰਹੇ ਨੇ ਮਹਾਰਾਜ ਦੇ ਕੌਤਕ ਗੁਰ ਜੈ ਤੇ ਉਚਾਰਤ ਹੈ ਕਹਿੰਦੇ ਮਹਾਰਾਜ ਜੀ ਦੀ ਜੈ ਹੋਏ ਮਹਾਰਾਜ ਜੀ ਦੀ ਜਿੱਤ ਹੋ ਗਈ ਹੈ ਇਸ ਤਰ੍ਹਾਂ ਚਕਾਰੇ ਛੱਡਦੇ ਨੇ ਜੋਧੇ ਲਖ ਕੌਤਕ ਆਨੰਦ ਧਾਰਤ ਹੈ ਦੇਖਦੇ ਨੇ ਕਿ ਮਹਾਰਾਜ ਜੀ ਦਾ ਕੌਤਕ ਹੈ ਬੜੇ ਖੁਸ਼ ਹੁੰਦੇ ਨੇ ਸਾਹਿ ਕਰੇ ਲਲਕਾਰਤ ਹੈ ਬੜੇ ਉਤਸ਼ਾਹ ਦੇ ਨਾਲ ਮੁਗਲਾਂ ਨੂੰ ਲਲਕਾਰਦੇ ਆ ਕਿ ਤੁਹਾਡਾ ਜਿਹੜਾ ਵੱਡਾ ਕਾਬਲੀ ਵੇਗ ਸੀ ਮਹਾਰਾਜ ਨੇ ਉਹਨੂੰ ਢੇਰੀ ਕਰ ਦਿੱਤਾ ਹੈ ਦੇ ਅਸ਼ਾਵਰਿੰਗ ਔਰਤ ਮੁਗਲਸ ਬੜੇ ਖੁਸ਼ ਹੋਏ ਨੇ ਗੁਰੂ ਕੇ ਸਿੱਖ ਮਹਾਰਾਜ ਜੀ ਦਾ ਇਹ ਕੌਤਕ ਦੇਖ ਕੇ ਗੁਰਮੁਖ ਪਿਆਰਿਓ ਇਹ ਕਥਾ ਸੁਣਨ ਦਾ ਤਰੀਕਾ ਹੈ ਆਪਣੇ ਮਨ ਨੂੰ ਉੱਥੇ ਲੈ ਚਲੀਏ ਇਹ ਇਤਿਹਾਸ ਦੀ ਕਥਾ ਤਾਂ ਸੁਣੀ ਜਾਂਦੀ ਹੈ ਜੇ ਆਪਾਂ ਇੱਥੇ ਬੈਠ ਕੇ ਵੇਖੀ ਜਾਂਦੇ ਕੀ ਹੋ ਰਿਹਾ ਜੰਗ ਚੱਲਦਾ ਜੰਗ ਵਿੱਚ ਜਾਣਾ ਪੈਂਦਾ ਹੈ ਉੱਥੇ ਜਾ ਕੇ ਵੇਖਣਾ ਪੈਂਦਾ ਸਾਰਾ ਕੁਛ ਇਹ ਇਤਿਹਾਸ ਦੀ ਕਥਾ ਤਾਂ ਸੁਣੀ ਜਾਂਦੀ ਹੈ ਕਿ ਹੁਣ ਹੋ ਰਿਹਾ ਮੇਰੇ ਨਾਲ ਹੋ ਰਿਹਾ ਮੈਂ ਖੜ ਕੇ ਵੇਖ ਰਿਹਾ ਕਿ ਸਾਰਾ ਕੁਛ ਕੀ ਹੋ ਰਿਹਾ ਦੱਸ ਆਈ ਮੈਂ ਲਿਸਨ ਟੂ ਦਿਸ ਕਥਾ The idea of listening to this katha is what Gyani ji bolde ya. The party is reading and that's how it goes. No. The idea of listening to this katha is taking yourself to that scene. Kabri Beg, aida vada jarnail. The sword has cut through him. It looks like a red colored janeu is going down his neck. Oh, do tote hoke thalle girda ya. Te guru ke sikh jakare chhadde pae ne. Dohra Kabri Beg subeg har. Kabri Beg nu badi cheti teji de naal Maharaj ne maar ditta. ਬਣਿਓ ਬਹੁ ਬੇਗ ਲਾਲ ਬੇਗ ਜਿਹੜਾ ਬੜਾ
ਦਵਾਂਗਾ। ਕੰਬਰ ਵੇਗ ਨੇ ਕੀ ਜੁੱਤ ਮਚਾਉਣਾ ਸੀ, ਪਹਿਲੀ ਵਾਰ 7000 ਨੂੰ ਮਰਵਾ ਕੇ ਤੇ ਕੰਬਦਾ ਕੰਬਦਾ ਆ ਗਿਆ ਸੀ। ਹੁਣ ਇਹ ਧੀਰਜ ਦੇਣ ਵਾਸਤੇ ਕਹਿ ਰਿਹਾ ਹੈ ਕਿ ਮੈਂ ਗੁਰੂ ਸਾਹਿਬ ਜੀ ਮਹਾਰਾਜ ਦੇ ਨਾਲ ਲੜਾਂਗਾ, ਤੂੰ ਫਿਕਰ ਨਾ ਕਰ ਵੀਰ ਮੇਰੇ। ਇਹ ਛੋਟਾ ਭਰਾ ਸੀ ਲਾਲਾ ਬੇਗ ਦਾ। When Lala Beg's nephew is cut in half in the battlefield, then Kambar Beg says, I will fight. Anji. Kan shatran ko tarwaran so. Main bahut jaldi ina jalman nu sikha bare bolya ina vairiyan nu main talwar de naal vad ke rakh deyanga. Katnam karo bahu varan so. Bahut jyada ina nu maar ke te ina utte vaar karanga. Panch sai swaran sang gaye. He takes 500 people riding on horses with him. Anji. Nijdund bedohar chob de. Us vele apne nagarji nu akhya ke nagare utte choba maar de. Tupkan chalavat neer kareo. Bahut ine us vele bandookan chon fair karwaya apne naam deyan to. Nij haar nakheer khop bhareo. Par inu e pata lag gaya ke assi haar jana hai par phir vi krodh na bharya paya hai. Gur kirtan kaabal go jo lage. Sachche paatshah ji de sharir de utte jehda thoda ja zakhm ho gaya si. Chhut shron te si cheer so rang bhage. Ohde vichon khoon vagda paya te maharaj ji de kapde jehde laal ho gaye ne. Utriyo tatkal hai jodh bhari. Us vele bhai jodh rai ji samne aa gaye ne maharaj ji de. ਤਤ ਪਾਪਟ ਰੀਤ ਪਰ ਸੱਜੇ ਪਾਤਸ਼ਾਹ ਦੀ ਮਹਾਰਾਜ ਜੀ ਦੇ ਉਸ ਜ਼ਖਮ ਦੇ ਉੱਤੇ ਉਸ ਵੇਲੇ ਭਾਈ ਜੋਧਰਾਏ ਜੀ ਨੇ ਪੱਟੀ ਬੰਨੀ ਹੈ। ਮਹਾਰਾਜ ਜੀ ਹਸ ਸਮੋਲ ਅਮਾਉਂਟ ਆਫ ਬਲੱਡ ਕਮਿੰਗ ਆਊਟ ਆਫ ਦੇ ਬੋਡੀ ਭਾਈ ਜੋਧਰਾਏ ਜੀ ਕਮਸ ਐਂਡ ਟਾਈਸ ਓਵਰ ਦਾ ਵੂਂਡ ਬੈਂਡੇਜ ਹਾਂਜੀ ਗੁਰ ਸੀਕਰ ਤੁਰੰਗ ਚੜੇ ਰਣ ਮੈਂ ਸੱਜੇ ਪਾਤਸ਼ਾਹ ਮਹਾਰਾਜ ਫੇਰ ਤੇਜੀ ਦੇ ਨਾਲ ਭਾਵੇਂ ਜਿਹੜਾ ਜੋੜਾ ਲਾਲ ਹੋ ਗਿਆ ਹੈ ਮਹਾਰਾਜ ਜੀ ਨੇ ਇੱਕਦਮ ਛਾਲ ਮਾਰ ਕੇ ਫਿਰ ਘੋੜੇ ਦੇ ਉੱਤੇ ਸਹੇਲੇ ਉੱਤੇ ਅਸਵਾਰ ਹੋ ਗਏ। Even though Maharaj has a wound, they have blood running out. Sache Patshah ji jumps back onto their horse, Anji. Nehmanat kaab lagyo tan. Sache Patshah ji mande ki thoda bahut vi Maharaj ji de utte zakhm lagda hai, Sache Patshah ji nu koi fark nahi hai. Itne meh kambar be gayo. Inne samay de vich kambar beg samne aaya hai. Bahut suran ko nij sang le. Bahut jyada surmeyan nu 500 da jatha leke naal aaya hai. ਕਿਰਪਾ ਦ੍ਰਿਸ਼ਟੀ ਮੇਰੇ ਤੇ ਰੱਖਿਓ। ਭਾਈ ਜੋਧਰਾਏ ਇਸ ਨਾ ਗੋਇੰਗ ਟੂ ਫਾਈਟ ਅਗੇਂਸਟ ਕੰਬਰ ਬੇਗ। ਮੈਨੂੰ ਆਇਸ ਦੇਹੋ ਸੰਘਾਰ ਕਰੋ, ਮੈਨੂੰ ਹੁਕਮ ਦੇ ਦਿਓ ਮੈਂ ਇਹਨੂੰ ਇਸ ਕੰਬਰ ਬੇਗ ਨੂੰ ਮਾਰ ਕੇ ਰੱਖ ਦਿਆਂ। ਦੁਰਗਾਨ ਮਹਾਰਿਪ ਤੇਜ ਹਰੋ, ਬਹੁਤ ਜ਼ਿਆਦਾ ਮੁਗਲਾਂ ਦਾ ਜਿਹੜਾ ਮਹਾਨ ਹੈ ਜਰਨੈਲ ਆਪਣੇ ਆਪ ਨੂੰ ਕਹਾਉਂਦਾ ਇਹਨੂੰ ਮਾਰ ਕੇ ਤੇ ਇਹਨਾਂ ਮੁਗਲਾਂ ਨੂੰ ਭਾਜੜਾ ਪਾ ਦਿਆਂ। ਇੱਕ ਦੂਤ ਸੋ ਪੂਜਨ ਕੀਨ ਤਵੈ। ਉਸ ਵੇਲੇ ਸੱਜੇ ਪਾਤਸ਼ਾਹ ਜੀ ਮਹਾਰਾਜ ਤੇ ਨਾਲ ਭਾਈ ਜੋਧਰਾਏ ਜੀ ਪੁੱਛਦੇ ਨੇ ਹਸਨ ਖਾਨ ਨੂੰ, ਇਹ ਕੌਣ ਹੈ ਔਰ ਨਹੀਂ ਤੇ ਬੈ ਜਿਹੜਾ ਸਾਹਮਣੇ ਆ ਰਿਹਾ ਹੈ ਕੌਣ ਹੈ। ਹਸਨ ਖਾਨ ਇਜ਼ ਸਟੈਂਡਿੰਗ ਦੇਰ ਐਂਡ ਮਹਾਰਾਜ ਜੀ ਆਸਕ ਹਸਨ ਖਾਨ ਹੂ ਇਜ਼ ਦੈਟ ਰਾਈਡਿੰਗ ਇਨਟੂ ਦ ਬੈਟਲਫੀਲਡ। ਹਾਂਜੀ ਕਰ ਜੋਰ ਉਚਾਰਨ ਦੂਤ ਕਰੀ। ਉਸ ਵੇਲੇ ਹਸਨ ਖਾਨ ਨੇ ਦੋ ਹੱਥ ਜੋੜ ਕੇ ਆਖਿਆ, ਸੁਨੇ ਗੁਰ ਪੀਰ ਦੇ ਪੂਨ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਵੈਰੀਆਂ ਦੇ ਦਲ ਨੂੰ ਖਤਮ ਕਰਨ ਵਾਲੇ ਹੋ, ਆਪ ਜੀ ਕਿਰਪਾ ਕਰਕੇ ਮੇਰੇ ਬਚਨ ਸੁਣਿਓ। ਇਹ ਕੰਬਰ ਬੇਗ ਸੋ ਬੇ ਗਇਓ, ਇਹ ਕੰਬਰ ਬੇ ਗਿਆ ਜਿਹੜਾ ਬੜੀ ਤੇਜ਼ੀ ਦੇ ਨਾਲ ਸਾਹਮਣੇ ਆ ਰਿਹਾ ਹੈ। ਹਸਨ ਖਾਨ ਸੇਜ਼ ਦੈਟ ਇਜ਼ ਕੰਬਰ ਬੇਗ ਰਾਈਡਿੰਗ ਟੂਵਰਡਸ ਅਸ। ਹਾਂਜੀ ਬਗਨੀ ਸਤ ਮਾਰਤ ਕੋਪ ਪਇਓ, ਇਹ ਬੜਾ ਕ੍ਰੋਧ ਵਿੱਚ ਆ ਗਿਆ ਜਦੋਂ ਆਪ ਜੀ ਨੇ ਇਹਦੇ ਭਾਣਜੇ ਨੂੰ ਮਾਰ ਦਿੱਤਾ। ਲਗ ਪ੍ਰਾਂਤ ਲਖੋ ਇਹ ਬੇਗ ਜਲਾ, ਕਹਿੰਦੇ ਇਹ ਛੋਟਾ ਭਰਾ ਹੈ ਲਾ ਬੇਗ ਦਾ, ਮਰ ਹੈ ਅਬ ਸੰਗ ਸੰਗਰ ਠਾਨ ਪਰ। ਸੱਜੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੀਆਂ ਫੌਜਾਂ ਨਾਲ ਇਹ ਲੜ ਕੇ ਤੇ ਹੁਣ ਮੌਤ ਦੇ ਮੂੰਹ ਵਿੱਚ ਜਾਏਗਾ। ਸੁਨ ਸ੍ਰੀ ਗੁਰੂ ਆਇਸ ਦੇਤ ਪਏ, ਗੁਰੂ ਸਾਹਿਬ ਜੀ ਮਹਾਰਾਜ ਨੇ ਆਗਿਆ ਬਖਸ਼ ਦਿੱਤੀ ਹੈ। ਤੁਮ ਜੋਧ ਬਲੀ ਬੜ ਜੋਤ ਕਰੇ, ਮਹਾਰਾਜ ਜੀ ਨੇ ਆਖਿਆ ਭਾਈ ਜੋਧ ਤੁਸੀਂ ਜਾ ਕੇ ਜੰਗ ਕਰੋ। ਮਹਾਰਾਜ ਜੀ ਗਿਵਸ ਦੇ ਥਾਪੜਾ, ਮਹਾਰਾਜ ਜੀ ਗਿਵਸ ਦੇ ਬਲੇਸਿੰਗ ਟੂ ਭਾਈ ਜੋਧ। ਹੱਥ ਦੇਹੋ ਇਸੇ ਜਸ ਪਾਏ ਪਰ, ਇਹਨੂੰ ਮਾਰ ਕੇ ਤੁਹਾਡਾ ਸਾਰੀ ਦੁਨੀਆ ਵਿੱਚ ਜਸ ਹੋਏਗਾ ਭਾਈ ਜੋਧ ਰਾਏ ਜੀ। ਗੁਰਬਾਕ ਸੁਨੇ ਹੁਲ ਸਾਏ ਚਲੋ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਾਕ ਸੁਣ ਕੇ, ਮਹਾਰਾਜ ਜੀ ਦੇ ਬਚਨ ਸੁਣ ਕੇ ਬੜੀ ਤੇਜ਼ੀ ਦੇ ਨਾਲ ਭਾਈ ਜੋਧ ਰਾਏ ਜੀ ਚਲੇ ਗਏ ਨੇ। ਗੁਰਮੁਖ ਪਿਆਰਿਓ, ਜਿਹਦੇ ਸਿਰ ਦੇ ਉੱਤੇ ਗੁਰੂ ਨਾਨਕ ਦਾ ਹੱਥ ਹੋਵੇ ਤਾਂ ਕੋ ਕਹੋ ਪ੍ਰਵਾਹ ਕਹੋ ਕੀ,
ਜਾ ਕੇ ਬਸੀਸ ਧਰਿਓ ਗੁਰ ਹੱਥ। ਭਾਈ ਜੋਤ ਰਾਏ ਨੂੰ ਪਤਾ ਲੱਗ ਗਿਆ ਕਿ ਮਹਾਰਾਜ ਨੇ ਬਚਨ ਕਰਦੇ, ਮਹਾਰਾਜ ਦੇ ਬਚਨ ਅਟਲ ਨੇ, ਇਹਨੂੰ ਮੈਂ ਮਾਰ ਕੇ ਰੱਖਾਂਗਾ, ਸਾਰੀ ਦੁਨੀਆ ਵਿੱਚ ਵਡਿਆਈ ਪ੍ਰਗਟ ਹੋ ਜਾਏਗੀ। ਉਸ ਵੇਲੇ ਮੈਦਾਨੇ ਜੰਗ ਵਿੱਚ ਵੀ ਸਿੱਖਾਂ ਨੂੰ ਮਹਾਰਾਜ ਜੀ ਦੇ ਬਚਨਾਂ ਉੱਤੇ ਇੰਨਾ ਭਰੋਸਾ ਹੈ, ਪਰ ਸੱਚੀ ਗੱਲ ਹੈ ਇੰਨਾ ਭਰੋਸਾ 1% ਵੀ ਕਿਤੇ ਸਾਡੇ ਵਿੱਚ ਆ ਜਾਏ ਕਿ ਜੋ ਗੁਰੂ ਸਾਹਿਬ ਨੇ ਆਖਿਆ ਉਹ ਸਦਾ ਸੱਚ ਹੈ, ਉਹ ਕਦੇ ਨਾਸ ਨਹੀਂ ਹੋ ਸਕਦਾ। ਭਾਈ ਜੋਧ ਰਾਏ ਜੀ, ਮਹਾਰਾਜ ਜੀ ਸੇ ਜੋਧ ਰਾਏ ਯੂ ਵਿਲ ਕਿਲ ਕੰਬਰ ਬੇਗ ਇਨ ਦ ਬੈਟਲ ਫੀਲਡ। ਜੋਧ ਰਾਏ ਸਾਰੇ ਡਰ ਭੈ ਸਭ ਕੁਝ ਚਲੇ ਗਏ, ਨੋ ਫੀਅਰ, ਹੀ ਨੋਜ਼ ਦ ਵਟਐਵਰ ਮਹਾਰਾਜ ਸੇਜ਼ ਇਜ਼ ਦ ਟਰੂਥ। ਉਸ ਵੇਲੇ ਜੋਧ ਰਾਏ ਜੀ ਅਗਾਨ ਹੋ ਜਾਂਦੇ ਨੇ, ਬਹਸੈਨ ਪਠੀ ਪਸ਼ਚਾਤ ਤਸੀ, ਇਹ ਨਾਮ ਮਹਾਰਾਜ ਜੀ ਨੇ ਬਹੁਤ ਜ਼ਿਆਦਾ ਫੌਜ ਕੱਲੀ ਹੈ, ਚਲ ਜਾਤ ਹਤੈ ਤੁਪ ਕਾਨ ਰਸੇ। ਉਸ ਵੇਲੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ ਇਹਦੇ ਨਾਲ ਜਾਣਾ ਤੇ ਬੜੇ ਵੀਰ ਰਸਤੇ ਨਾਲ ਇਹਨਾਂ ਤੁਰਕਾਂ ਦੇ ਉੱਤੇ ਬੰਦੂਕਾਂ ਦਾ ਫੈਰ ਕਰਨਾ ਏ। ਵਿਚਰੇ ਵਰ ਵੀਰ ਸੋ ਅਗਰ ਪਏ, ਆਪਣੇ ਇੱਕ ਦੂਜੇ ਦੇ ਆਮੋ ਸਾਹਮਣੇ ਇਹ ਵੱਡੇ ਸੂਰਮੇ ਹੋ ਜਾਂਦੇ ਨੇ, ਤਜ ਢੋਲ ਤਫੰਗਨ ਸ਼ੋਰ ਦੇ। ਉਸ ਵੇਲੇ ਗੁਰਮੁਖ ਪਿਆਰਿਓ ਆਪਣੀਆਂ ਬੰਦੂਕਾਂ ਦਾ ਫੈਰ ਕਰਦੇ ਆ, ਜਥਿਆਂ ਵਿੱਚੋਂ ਅਗਾਹ ਹੋ ਜਾਂਦੇ, ਦੇ ਮੂਵ ਆਊਟ ਆਫ ਦੇ ਜਥੇ, ਸਾਹਮਣੇ ਹੋ ਕੇ ਇੱਕ ਦੂਜੇ ਨਾਲ ਲੜਾਈ ਕਰਦੇ ਨੇ। ਕੜਕਾਰਨ ਕੇ ਵੱਡ ਨਾਦ ਉੱਠੇ, ਉਸ ਵੇਲੇ ਕੜਕਾਰ ਦੀਆਂ ਆਵਾਜ਼ਾਂ ਉੱਠਦੀਆਂ ਜਾ ਰਹੀਆਂ ਨੇ, ਜਗ ਗੌਰਨ ਤੇ ਤਰ ਸੂਰ ਉੱਠੇ, ਗੋਲੀਆਂ ਜਿਹੜੀਆਂ ਆ ਉਹ ਸੂਰਮਿਆਂ ਦੀਆਂ ਛਾਤੀਆਂ ਵਿੰਦੀਆਂ ਜਾ ਰਹੀਆਂ ਨੇ। ਤਬ ਜੋਧ ਸੋ ਕੰਬਰ ਬੇਗ ਪਰੇ, ਉਸ ਵੇਲੇ ਭਾਈ ਜੋਧ ਰਾਏ ਜੀ ਦੀ ਕੰਬਰ ਬੇਗ ਦਾ ਆਪਸ ਵਿੱਚ ਜੰਗ ਹੋ ਰਿਹਾ ਏ। ਇਸ ਮੁਖ ਤੇਜ ਤੁਰੰਗ ਕਰੇ, ਇੱਕ ਦੂਜੇ ਦੇ ਸਾਹਮਣੇ ਹੋ ਕੇ ਆਪਣੇ ਘੋੜਿਆਂ ਨੂੰ ਬੜੀ ਤੇਜ਼ੀ ਨਾਲ ਚਲਾਇਆ ਏ। ਤਹੁ ਔਰਨ ਤੀਰ ਚਲਾਵਤ ਹੈ, ਉਸ ਵੇਲੇ ਦੋਹਾਂ ਪਾਸਿਆਂ ਤੋਂ ਤੀਰ ਚੱਲਦੇ ਨੇ, ਹੈ ਕੋ ਚਪਲਾਏ ਬਚਾਵਤ ਹੈ, ਆਪਣੇ ਘੋੜਿਆਂ ਨੂੰ ਟਪਾਉਂਦਿਆਂ ਹੋਇਆਂ ਤੀਰਾਂ ਤੋਂ ਵੱਜਦੇ ਨੇ। ਤਨ ਤਾਨ ਤਕਾਨ ਸੁਭਾਵਤ ਹੈ, ਉਸ ਵੇਲੇ ਤਨ ਇਸ ਤਰ੍ਹਾਂ ਕੰਨ ਤੱਕ ਉਹ ਉਸ ਚਿੱਲੇ ਨੂੰ ਇਸ ਤਰ੍ਹਾਂ ਲੈ ਲੈ ਕੇ ਇੱਕ ਦੂਜੇ ਵੱਲ ਤੀਰ ਮਾਰਦੇ ਨੇ। They are firing the arrows, pulling the bows back at each other. ਹਾਂ ਜੀ, ਕਰ ਪੂਰਨ ਸ਼ਤਰ ਤਕਾਵਤ ਹੈ, ਬਹੁਤ ਜ਼ਿਆਦਾ ਪੂਰਨਤਾ ਦੇ ਨਾਲ ਪੂਰਾ ਜ਼ੋਰ ਲਾ ਕੇ ਗੁਰਮੁਖ ਪਿਆਰਿਓ ਇੱਕ ਦੂਜੇ ਦੇ ਉੱਤੇ ਵਾਰ ਕਰਦੇ ਆ। ਔਰ ਰੋਸ ਭਰੇ ਲਲਕਾਰਤ ਹੈ, ਬੜੇ ਰੋਸ ਦੇ ਵਿੱਚ ਆ ਕੇ ਇੱਕ ਦੂਜੇ ਨੂੰ ਲਲਕਾਰਦੇ ਨੇ। ਵੱਟ ਅਗਰ ਵਧਾ ਤਸ ਮਾਰ, ਜਿਹੜਾ ਸਾਹਮਣੇ ਆਉਂਦਾ ਉਹਨੂੰ ਮਾਰ ਕੇ ਰੱਖ ਦਿੰਦੇ ਨੇ। ਉੱਤ ਕੰਬਰ ਬੇਗ ਰੁਚੋ, ਇੱਕ ਪਾਸੇ ਕੰਬਰ ਬੇਗ, ਦੂਸਰੇ ਪਾਸੇ ਭਾਈ ਜੋਧ ਰਾਏ ਜੀ ਬਹੁਤ ਸੂਰਮੇ ਨੇ। ਸਰ ਸ਼ੋਰਨ ਕੀ ਬਦ ਜਾਨ ਪਰ, ਦੋਹਾਂ ਪਾਸਿਆਂ ਤੋਂ ਗੁਰਮੁਖ ਪਿਆਰੇ ਤੀਰਾਂ ਦੀ ਵਰਖਾ ਹੋ ਰਹੀ ਹੈ, ਦੋਵੇਂ ਤੀਰ ਅੰਦਾਜ਼ੀ ਦੇ ਬੜੇ ਕਮਾਲ ਨੇ। ਜਿਸ ਕੀ ਤਨ ਮੈਂ ਤੱਕ ਮਾਰਤ ਹੈ, ਜਿਹੜੇ ਸ਼੍ਰੀ ਅਨਾ ਜੇ ਦੋਵੇਂ ਤੀਰ ਮਾਰਦੇ ਨੇ, ਬਿਨ ਪ੍ਰਾਨ ਕਰੇ ਤਰ ਡਾਰਤ ਹੈ, ਉਹਨੂੰ ਇੱਕਦਮ ਮਾਰ ਵੀ ਰੱਖ ਦਿੰਦੇ ਨੇ ਮੈਦਾਨੇ ਜੰਗ ਵਿੱਚ। ਲਗ ਤੀਰ ਸ਼ਰੀਰਨ ਫੋਰਤ ਹੈ, ਸਰੀਰ ਨੂੰ ਫੋੜ ਕੇ ਰੱਖ ਦਿੰਦੇ ਨੇ ਤੀਰ। ਪਰ ਸ਼ੀਘਰ ਖਤੰਗਨ ਸ਼ੋਰਤ ਹੈ, ਬਹੁਤ ਜ਼ਿਆਦਾ ਸ਼ੀਘਰਤਾ ਦੇ ਨਾਲ ਬੜੀ ਤੇਜ਼ੀ ਦੇ ਨਾਲ ਇਹ ਛੱਡਦੇ ਜਾ ਰਹੇ ਨੇ। ਜਿਮ ਜੋਤ ਪ੍ਰਹਾਰਤ ਬਾਣ ਕਰੇ, ਉਸ ਵੇਲੇ ਭਾਈ ਜੋਧ ਰਾਏ ਜੀ ਵਾਲੇ ਬਹੁਤ ਜ਼ਿਆਦਾ ਵਾਰ ਕਰਦਾ ਪਿਆ ਤੀਰਾਂ ਦੀ, ਇਹ ਜਿਹੜਾ ਕੰਬਰ ਬੇਗ ਹੈ, ਜਿਮ ਕੰਬਰ ਬੇਗ ਵਿਸਾਲ ਹਨੇ, ਬਹੁਤ ਜ਼ਿਆਦਾ ਸਿੱਖਾਂ ਨੂੰ ਇਸ ਕੰਬਰ ਬੇਗ ਨੇ ਮਾਰ ਦਿੱਤਾ। ਕਰ ਹੇਲਤ ਕੇਲਤ ਪੇਲਨ ਕੋ, ਇਹ ਹੱਲਾ ਕਰਕੇ ਸਿੱਖਾਂ ਨੂੰ ਪਿੱਛੇ ਧਕੇਲਾ ਧਕੇਲਣਾ ਧੱਕਾ ਮਾਰਨਾ ਚਾਹੁੰਦੇ ਨੇ। ਇੱਕ ਠੇਲ ਤਵੱਟ ਕੇ ਝੇਲਣ, ਪਰ ਜਿਹੜੇ ਸਿੱਖ ਨੇ ਉਹ ਇਸ ਤਰ੍ਹਾਂ ਖੜੇ ਹੋ ਜਾਂਦੇ ਆ ਤੇ ਇਹਨਾਂ ਦੇ ਵਾਰ ਨੂੰ ਰੋਕਦੇ ਨੇ। ਜਬ ਸ਼ਤਰ ਹਰੇ ਟਿਕ ਜੰਗ ਗਇਓ, ਜਦੋਂ ਦੋਵੇਂ ਪਾਸਿਆਂ ਤੋਂ ਅੜ ਗਏ ਨੇ ਤੇ ਟਿਕ ਗਏ ਨੇ ਮੈਦਾਨੇ ਜੰਗ ਵਿੱਚ, ਜਿੱਥੇ ਦੂਰ ਤਫੰਗਨ ਸ਼ੋਰ ਦੇ, ਉਸ ਵੇਲੇ ਇੱਕ ਦੂਜੇ ਵੱਲ ਇਹ ਮਾਰਦੇ ਜਾਂਦੇ ਨੇ ਬੰਦੂਕਾਂ ਦਾ ਫੈਰ, ਦੂਰ ਖੜੇ ਹੋ ਗਏ। ਤਬ ਕੰਬਰ ਬੇਗ ਬਿਲੰਦ ਕੁੱਪਿਓ, ਕੰਬਰ ਬੇਗ ਜਿਹੜਾ ਬਹੁਤ ਜ਼ਿਆਦਾ ਵੀਰ ਉਸ ਵਿੱਚ ਆ ਗਿਆ ਏ, ਮੁਖ ਲਾਲ ਮਿਸਾਲ ਕਰਾਲ ਰੱਪੇ, ਇਹਦਾ ਮੂੰਹ ਜਿਹੜਾ ਲਾਲ ਹੋ ਗਿਆ ਏ ਕ੍ਰੋਧ ਵਿੱਚ ਆ ਕੇ, ਕਰ ਅਗਰ ਤੁਰੰਗਨ ਜਾਵਤ ਹੈ, ਸਾਹਮਣੇ ਕਰਕੇ ਆਪਣੇ ਘੋੜੇ ਨੂੰ ਨਚਾਉਂਦਾ ਏ, ਲਲਕਾਰਤ ਵੀਰ ਲਰਾਵਤ ਹੈ, ਲਲਕਾਰਦਾ ਆ ਤੇ ਬਹੁਤ ਜ਼ਿਆਦਿਆਂ ਨੂੰ ਆਪਸ ਵਿੱਚ ਲੜਾਉਂਦਾ ਏ। ਵਧ ਅਗਰ ਬਿਲੋਕਤ ਜੋਤ ਜਹਾਂ, ਇਹ ਸਾਹਮਣੇ ਨੂੰ ਵੱਧਦਾ ਜਾ ਰਿਹਾ ਜਿੱਥੇ ਭਾਈ ਜੋਧ ਰਾਏ ਜੀ ਨੇ, ਕਰ ਤੀਰਨ ਕੀ ਵਰਖਾ ਸੋ ਤਮਾ, ਤੀਰਾਂ ਦੀ ਵਰਖਾ ਕਰਦਾ ਭਾਈ ਜੋਧ ਰਾਏ ਜੀ ਵੱਲ, ਜਬ ਕੇਤ ਕਸੂਰ ਗਿਰਾਏ ਤੇ, ਜਦੋਂ ਬਹੁਤ ਜ਼ਿਆਦਾ ਸਿੱਖਾਂ ਨੂੰ ਮਾਰ ਦਿੱਤਾ ਇਸਨੇ, ਕਰ ਹੇਲ ਵਿਸਾਲ ਸੁਨੀਰ ਕੇ, ਉਸ ਵੇਲੇ ਹੱਲਾ ਕਰਕੇ ਇੱਕ ਦੂਜੇ ਦੇ ਨੇੜੇ ਹੋ ਗਏ ਨੇ, ਕੰਬਰ ਬੇਗ ਇਸ ਰਾਈਡਿੰਗ ਟੂਵਰਡਸ ਭਾਈ ਜੋਧ ਰਾਏ ਜੀ, ਅੱਖਾਂ ਲਾਲ ਨੇ। ਤਬ ਜੋਧ ਗੁਪਿਓ ਨਾ ਸਹਾਰ ਸਕੇ, ਭਾਈ ਜੋਧ ਜੀ ਨਹੀਂ ਸਹਾਰ ਸਕੇ, ਵੀ ਇੰਨੇ ਸਿੱਖ ਸ਼ਹੀਦ ਕਰ ਦਿੱਤੇ ਕੰਬਰ ਬੇਗ ਨੇ,
ਭਾਈ ਜੋਧਰਾਜ ਜੀ ਕਮਸ ਇਨ ਟੂ ਡੀਅਰ ਅਸ ਵਨ ਹੀ ਸੀਜ਼ ਦ ਕੰਬਰ ਬੈਗ ਇਜ਼ ਕਿਲਿੰਗ ਦ ਸਿੱਖ ਸਾਂਝੀ ਰਿਗ ਲਾਲ ਕਰੇ ਯਾਰੀ ਹੋਰ ਤੱਕ ਬਹੁਤ ਜ਼ਿਆਦਾ ਅੱਖਾਂ ਲਾਲ ਕਰਕੇ ਇਹ ਕੰਬਰ ਬੈਗ ਵੱਲ ਦੇਖਦੇ ਨੇ ਭਾਈ ਜੋਧਰਾਏ ਨਿਜ ਸੇਵਕ ਤੇ ਖਰ ਸਾਂਗ ਲਈ ਉਸ ਵੇਲੇ ਆਪਣੇ ਸੇਵਕ ਦੇ ਕੋਲੋਂ ਜਿਹੜਾ ਨਾਲ ਸੀ ਉਹਦੇ ਕੋਲੋਂ ਸਾਂਗ ਲੈ ਲਈ ਹੈ ਸਾਂਗ ਜਿਹੜੀ ਆ ਗੁਰਮੁਖ ਪਿਆਰੇ ਬੜੀ ਲੰਬੀ ਹੁੰਦੀ ਹੈ ਤਕਰੀਬਨ ਜਿਤਨੀ ਆ ਸਟੇਜ ਆ ਉਤਨਾ ਲੰਬਾ ਸਾਂਗ ਸ਼ਾਸਤਰ ਹੁੰਦਾ ਆ ਇਸ ਵੇਲੇ ਜਦੋਂ ਮੈਂ ਪੰਜਾਬ ਗਿਆ ਸੀ ਤੇ ਉੱਥੇ ਪਹਿਲੀ ਵਾਰ ਮੈਨੂੰ ਸਾਂਗ ਦੇ ਅਸਲੀ ਸਾਂਗ ਦੇ ਦਰਸ਼ਨ ਹੋਏ ਸਾਂਗ ਜਿਹੜੀ ਆ ਉਹਦੇ ਵਿੱਚ ਬਿਲਕੁਲ ਕੋਈ ਵੀ ਗੁਰਮੁਖ ਪਿਆਰੇ ਲੱਕੜ ਨਹੀਂ ਲੱਗਦੀ ਉਹ ਬਿਲਕੁਲ ਸਾਰੀ ਜਿਹੜੀ ਆ ਲੋਹੇ ਦੀ ਹੁੰਦੀ ਹੈ ਬੜੀ ਲੰਬੀ ਹੁੰਦੀ ਆ ਤੇ ਉਹਦਾ ਮੂੰਹ ਜਿਹੜਾ ਬੜਾ ਤਿੱਖਾ ਹੁੰਦਾ ਸਾਹਮਣੇ ਪਾਸਿਓ ਉਹ ਬਾਬਾ ਸੁਰਜੀਤ ਸਿੰਘ ਜੀ ਨੇ ਮਹਿਰੋਂ ਵਾਲੇ ਨੇ ਹੰਸ ਸਿੰਘ ਜੀ ਉਹਨਾਂ ਦੇ ਬੁੱਗੇ ਦੇ ਉੱਤੇ ਉਹਨਾਂ ਨੇ ਮੈਨੂੰ ਸਾਂਗ ਦੇ ਦਰਸ਼ਨ ਕਰਾਏ ਉਹ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਾਲੇ ਪਾਸਿਓ ਲੈ ਕੇ ਆਏ ਸੀ ਉਸ ਵੇਲੇ ਭਾਈ ਜੋਧਰਾਏ ਜੀ ਨੇ ਲੰਬੀ ਜਿਹੜੀ ਸਾਂਗ ਹੈ ਲੋਹੇ ਦੀ ਬਣੀ ਹੋਈ ਆਪਣੇ ਹੱਥਾਂ ਵਿੱਚ ਲੈ ਲਈ ਹੈ ਅ ਸਾਂਗ ਇਜ਼ ਅ ਟਾਈਪ ਆਫ ਵੈਪਨ ਇਟਸ ਲਾਈਕ ਬਰਸ਼ਾ ਬਟ ਇਟ ਡਸਨਟ ਹੈਵ ਐਨੀ ਵੁੱਡ ਇਨ ਇਟ ਇਟਸ ਮੇਡ ਕੰਪਲੀਟਲੀ ਆਫ ਮੈਟਲ ਐਂਡ ਇਟਸ ਅਬਾਊਟ ਐਸ ਲੌਂਗ ਐਸ ਦਿਸ ਸਟੇਜ ਭਾਈ ਜੋਧਰਾਏ ਜੀ ਨੇ ਆਪਣੇ ਹੱਥ ਵਿੱਚ ਸਾਂਗ ਲੈ ਲਈ ਹੈ ਜਿਸ ਮੈਂ ਬਹੁ ਭਾਰ ਹੈ ਲੋਹੋ ਮੈਂ ਜਿਹਦਾ ਬਹੁਤ ਜ਼ਿਆਦਾ ਭਾਰ ਹੈ ਤੇ ਲੋਹੇ ਦੀ ਬਣੀ ਹੋਈ ਹੈ ਨਿਜ ਹੱਥ ਗਹੀ ਬਹੁ ਤੋਲਤ ਹੈ ਆਪਣੇ ਹੱਥਾਂ ਵਿੱਚ ਲੈ ਕੇ ਉਹਨੂੰ ਤੋਲਦਾ ਪਿਆ ਹੈ ਤੇ ਤੋ ਅਬਾਰਿਸ ਬੋਲਤ ਹੈ ਕਹਿੰਦਾ ਸਾਹਮਣੇ ਖੜਾ ਹੋ ਜਾ ਮੇਰੇ ਕੰਬਰ ਬੇਗ ਇੱਕ ਵਾਰੀ ਖੜ ਜਾ ਤੂੰ ਬਲਵਾਨ ਤੇ ਰੰਗਮ ਤੇਜ ਕਿਓ ਆਪਣੇ ਘੋੜੇ ਨੂੰ ਤੇਜ ਕੀਤਾ ਭਾਈ ਜੋਧਰਾਏ ਜੀ ਨੇ ਜਿਸ ਕੰਬਰ ਬੇਗ ਹੈ ਸ਼ੋਰ ਦੇ ਕੰਬਰ ਬੇਗ ਦੇ ਵਾਲ ਇਹ ਹੁਣ ਵਾਰ ਕਰਨ ਲੱਗਾ ਸੂਰਮਾ ਪਰ ਵੀ ਖਰ ਸਾਂਗ ਸੰਭਾਰ ਲਈ ਜਿਹੜੀ ਬਹੁਤ ਭਾਰੀ ਸਾਂਗ ਆਪਣੇ ਹੱਥਾਂ ਵਿੱਚ ਸਜਾ ਲਈ ਹੈ ਜਬ ਨੇੜ ਪਿਆ ਬਹੁ ਜਦੋਂ ਨੇੜੇ ਲੈ ਲਿਆ ਤੇ ਇਸ ਸਾਂਗ ਨੂੰ ਉੱਚਿਆਂ ਕਰ ਲਿਆ ਜਿਹੜੀ ਬੜੀ ਭਾਰੀ ਹੈ ਤਬ ਕੰਬਰ ਬੇਗ ਨਾ ਪਾਚ ਮਰਿਓ ਕੰਬਰ ਬੇਗ ਨੇ ਪਿੱਛੇ ਨੂੰ ਨਹੀਂ ਮੁੜਿਆ ਹੈਗਾ ਉਹ ਇਸ ਮੁਖ ਨ ਕੋ ਨਿਜ ਓਜ ਕਰੇ ਕੰਬਰ ਬੇਗ ਸਾਹਮਣੇ ਹੋ ਗਿਆ ਆਪਣੀ ਸਾਰੀ ਸ਼ਕਤੀ ਨੂੰ ਸੰਭਾਲਦਾ ਏ ਤਲਵਾਰ ਨਿਕਾਰਤ ਨੰਗ ਕਰੀ ਉਸ ਵੇਲੇ ਆਪਣੀ ਤਲਵਾਰ ਨੂੰ ਮਿਆਨ ਵਿੱਚੋਂ ਕੱਢ ਲਿਆ ਕੰਬਰ ਬੇਗ ਨੇ ਬਹੁ ਕੀਮਤ ਲੋਹ ਪਲਾਦ ਕਰੀ ਬਹੁਤ ਜ਼ਿਆਦਾ ਕੀਮਤੀ ਸੀ ਬਹੁਤ ਖਰੀ ਸੀ ਪਲਾਦ ਦੀ ਬਣੀ ਹੋਈ ਸੀ ਸਾਧ ਸੰਗਤ ਜੀ ਅਟਕੈ ਨ ਲਗੀ ਕਟ ਜਾਤਾ ਅੰਗ ਉਸ ਵੇਲੇ ਗੁਰਮੁਖ ਪਿਆਰੇ ਇੱਕ ਵਾਰੀ ਫੇਰ ਪੜਿਓ ਅਟਕੈ ਨ ਲਗੀ ਕਟ ਜਾਤਾ ਅੰਗ ਹਾਂ ਇੱਕਦਮ ਭਾਈ ਜੋਧਰਾਏ ਜੀ ਨੇ ਵਾਰ ਕੀਤਾ ਹੈ ਕਿਤੇ ਅੜੀ ਨਹੀਂ ਇੱਕਦਮ ਇਹਦੇ ਵਿੱਚ ਦੀ ਲੰਘਦੀ ਜਾ ਰਹੀ ਹੈ ਚਿਤ ਚਾਹਤ ਪਾਰ ਭਗਾਤ ਕੇ ਹਾਂ ਉਸ ਵੇਲੇ ਭਾਈ